ਦੇਖੋ, ਸਭ ਤੋਂ ਪਹਿਲਾਂ ਤਾਂ ਤੁਹਾਡੀ ਸਾਰੀ ਪ੍ਰੈਸ ਦਾ ਧੰਨਵਾਦ ਜਿਹੜੇ ਇਸ ਸੱਦੇ 'ਤੇ ਇੱਥੇ ਪਹੁੰਚੇ ਹੋ, ਔਰ ਦੂਜਾ ਸਾਰੀ ਮੋਗੇ ਜ਼ਿਲ੍ਹੇ ਦੇ ਅਹੁਦੇਦਾਰਾਂ ਦਾ, ਕਿਉਂਕਿ ਅੱਜ ਸਾਡਾ ਸਭ ਤੋਂ ਵੱਡਾ ਪ੍ਰੋਗਰਾਮ ਸੀ ਵੀ ਸਾਰੇ ਮੋਗੇ ਜ਼ਿਲ੍ਹੇ ਦੇ ਅਹੁਦੇਦਾਰ ਇਕੱਠੇ ਕਰਕੇ ਉਹਨਾਂ ਦਾ ਪੱਖ ਸੁਣਿਆ ਜਾਊਗਾ, ਔਰ ਜੋ ਅਸੀਂ ਸਾਡਾ ਪੱਖ ਆ ਉਹ ਸੁਣਨਗੇ। ਸੋ ਸਾਰਿਆਂ ਦਾ ਧੰਨਵਾਦ। ਇਹ ਜਿਹੜਾ ਪ੍ਰੋਗਰਾਮ ਹੈ, ਸਾਡੇ ਨਾਲ ਮੇਰੇ ਸਤਿਕਾਰਯੋਗ ਮਦਰ ਬੀਬੀ ਜਗਦਰਸ਼ਨ ਕੌਰ ਜੀ ਬੈਠੇ ਹੈ, ਨਾਲ ਸਾਡਾ ਛੋਟਾ ਵੀਰ ਪਰਮਪਾਲ ਤਖਤੂਪੁਰਾ ਬੈਠਾ, ਔਰ ਸਾਰੀ ਮੋਗੇ ਜ਼ਿਲ੍ਹੇ ਦੀ ਕਰੀਮ ਅਹੁਦੇਦਾਰ, ਨਵੇਂ ਮੁੰਡਿਆਂ ਦੀ ਟੀਮ, ਪੁਰਾਣੇ ਬੰਦਿਆਂ ਦੀ ਟੀਮ ਸਾਰੀ ਅੱਜ ਇੱਥੇ ਪਹੁੰਚੀ ਹੈ। ਸੋ ਕਿਤੇ ਨਾ ਕਿਤੇ ਸਾਡੇ ਨਾਲ ਧੋਖਾ ਕੀਤਾ ਗਿਆ ਲੋਕ ਸਭਾ ਇਲੈਕਸ਼ਨ 'ਚ। ਇੱਕ ਬਾਹਰੋਂ ਲਿਆਂਦਾ ਹੋਇਆ, ਡੇਢ ਦੋ ਮਹੀਨੇ ਪਹਿਲਾਂ ਅਕਾਲੀ ਦਲ 'ਚੋਂ ਅਮੈਰੀਕਾ ਤੋਂ ਉਤਰੇ ਹੋਏ ਬੰਦੇ ਨੂੰ ਆਉਂਦਿਆਂ ਸਾਰੀ ਟਿਕਟ ਦੇ ਦਿੱਤੀ ਗਈ। ਇਹੀ ਧੋਖਾ 2022 ਸਾਡੇ ਨਾਲ ਹੋਇਆ, ਇਹੀ ਧੋਖਾ ਹੁਣ ਹੋਇਆ। ਅਸੀਂ ਪਾਰਟੀ ਦੇ ਵਫ਼ਾਦਾਰ ਸਿਪਾਹੀ ਹਾਂ, ਪਾਰਟੀ ਦੀ ਕਿਸੇ ਗੱਲ ਤੋਂ ਮੁਨਕਰ ਨਹੀਂ, ਪਰ ਮੈਂ ਇਹ ਪੁੱਛਣਾ ਚਾਹੁੰਦਾ ਪਾਰਟੀ ਨਾਲ ਵੀ ਕਿਹੜੇ ਮਾਪਦੰਡ ਅਨੁਸਾਰ ਤੁਸੀਂ ਇਹਨਾਂ ਨੂੰ ਟਿਕਟ ਦਿੱਤੀ ਹੈ, ਕਿਹੜਾ ਇਹਨਾਂ ਨੇ ਇਹੋ ਜਿਹਾ ਕੰਮ ਕੀਤਾ ਸੀ, ਜਿਹੜੀ ਕੁਰਬਾਨੀ ਵੇਖ ਕੇ ਇਹਨਾਂ ਨੂੰ ਤੁਸੀਂ ਕਾਂਗਰਸ ਦੀ ਟਿਕਟ ਦੇ ਦਿੱਤੀ। ਦੇਖੋ, ਮੇਰੇ ਨਾਲ ਕਿਸੇ ਨੇ ਕੋਈ ਹਜੇ ਤੱਕ ਕਿਸੇ ਨੇ ਮੈਨੂੰ ਕਿਹਾ ਨਹੀਂ, ਪਰ ਦੁੱਖ ਬਹੁਤ ਹੈ। ਹਾਲਾਤ ਇਹ ਬਣਾ ਦਿੱਤੇ ਗਏ ਲੋਕ ਸਭਾ ਦੇ ਵੀ ਨੀਲਾਕਰਨ ਕਰਨਾ ਚਾਹੁੰਦੇ ਆ ਸਾਡੇ ਫਰੀਦਕੋਟ ਨੂੰ। ਸੋ ਤੁਸੀਂ ਇਹ ਵੇਖੋ, ਦੋ ਦੋ ਤਿੰਨ ਤਿੰਨ ਪੜ੍ਹੇ ਸਾਡੀਆਂ ਕਿਸਮਤਾਂ ਲਿਖ ਰਹੇ ਆ, ਇਹੋ ਜਿਹੇ MLA ਜਿਹੜੇ ਤਿੰਨ ਤਿੰਨ ਚਾਰ ਚਾਰ ਜਮਾਤਾਂ ਪੜ੍ਹੇ ਉਹ ਸਾਡੀਆਂ ਕਿਸਮਤਾਂ ਲਿਖ ਰਹੇ ਆ, ਜਿਨ੍ਹਾਂ ਨੂੰ ਖੁਦ ਨੂੰ ਵੀ ਮੇਰੇ ਹਿਸਾਬ ਨਾਲ ਛੁੱਟੀ ਦੀ ਐਪਲੀਕੇਸ਼ਨ ਨਹੀਂ ਲਿਖਣੀ ਆਉਂਦੀ ਹੋਣੀ, ਉਹ ਸਾਡੀ ਅੱਜ ਦੀ ਤਰੀਕ 'ਚ ਹਾਈਕਮਾਨ ਹੈ, ਉਹਨਾਂ ਨੇ ਬਾਂਹ ਮਰੋੜ ਕੇ ਇਹ ਟਿਕਟ ਲੈ ਕੇ ਦਿੱਤੀ ਆ। ਮੁਬਾਰਕਾਂ ਹੋਣ, ਮੈਂ ਕਿਸੇ ਨੂੰ ਮਾੜਾ ਨਹੀਂ ਆਉਂਦਾ, ਪਰ ਸਾਡੀ ਸਾਰੀ ਟੀਮ ਨਾਲ ਬਹੁਤ ਧੱਕਾ ਕੀਤਾ ਇਹਨਾਂ ਨੇ, ਇਹਨਾਂ ਨੇ ਤਾਂ ਕਾਂਗਰਸ ਆਪਦੀ ਜਗੀਰ ਸਮਝ ਲਈ। ਪਰ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ, ਅਸੀਂ ਕਾਂਗਰਸ ਦੇ ਵਫ਼ਾਦਾਰ ਸਿਪਾਹੀ ਹਾਂ, ਕਾਂਗਰਸ ਮਰਦੀ ਨਹੀਂ ਵੇਖ ਸਕਦੇ, ਕਾਂਗਰਸ ਕਿਸੇ ਦੇ ਪਿਓ ਦੀ ਨਹੀਂ, ਕਾਂਗਰਸ ਸਾਡੇ ਵੀ ਪੁਰਖਿਆਂ ਨੇ ਖੂਨ ਪਸੀਨਾ ਲਾ ਕੇ ਇੱਥੋਂ ਤੱਕ ਪਹੁੰਚੇ ਹਾਂ। ਮੇਰੀ ਦਾਦੀ ਜਸਵੰਤ ਕੌਰ MLA ਧਰਮਕੋਟ, ਦਿਨ ਰਾਤ ਇੱਕ ਕਰਕੇ ਉਹਨੇ ਕਾਂਗਰਸ, ਮੇਰੀ ਮਦਰ ਜਗਦਰਸ਼ਨ ਕੌਰ ਨੇ ਦਿਨ ਰਾਤ ਇੱਕ ਕਰਕੇ, ਚੇਅਰਮੈਨ ਸਾਹਿਬ ਬੈਠੇ ਆ, ਸਾਰੇ ਟਕਸਾਲੀ ਪਰਿਵਾਰਾਂ ਦੇ ਬੰਦੇ ਬੈਠੇ ਆ, ਦਿਨ ਰਾਤ ਇੱਕ ਕਰਕੇ ਇਹਨਾਂ ਨੇ ਮੈਨੂੰ ਤੋਰਿਆ ਸੀ। ਇਹਨਾਂ ਨੇ ਕਿਹਾ ਸੀ, ਡਿੰਪਲ ਆਪਾਂ ਇੱਕ ਨਵੀਂ ਸਫਾਬੰਦੀ ਲਿਆਉਣੀ ਆ, ਆਪਾਂ ਕੰਮ ਕਰਨ ਵਾਲੇ ਬੰਦਿਆਂ ਨੂੰ ਮੂਹਰੇ ਲਿਆਉਣਾ, ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਲੋਕ ਤੁਹਾਡੇ 'ਤੇ ਇਤਬਾਰ ਕਰਨ, ਲੋਕ ਪੋਲੀਟੀਸ਼ੀਅਨ ਦੀ ਪਰਿਭਾਸ਼ਾ ਸਮਝਣ। ਪਰ ਇਹਨਾਂ ਨੇ ਸਾਨੂੰ ਮਾਰਿਆ ਕਿਉਂ? ਹੁਣ ਮੈਂ ਤੁਹਾਨੂੰ ਇਹ ਵੀ ਤੁਹਾਡੇ ਚੈਨਲਾਂ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ, ਇਹਨਾਂ ਨੇ ਇਸ ਕਰਕੇ ਮਾਰਿਆ ਵੀ ਨਵੇਂ ਮੁੰਡੇ ਉੱਠ ਕੇ ਸਾਡੀ ਪੁਰਾਣਿਆਂ ਨੂੰ ਜਿਹੜੇ 30-30 ਹਜ਼ਾਰ 25-25 ਹਜ਼ਾਰ 'ਤੇ ਪੂੰਝੇ ਹੋਏ ਲੋਕ ਹੈ, ਇਹਨਾਂ ਨੂੰ ਪਤਾ ਨਹੀਂ ਖਤਮ ਹੀ ਕਰ ਦੇਣਗੇ। ਇਹ ਇਸ ਕਰਕੇ ਸਾਨੂੰ ਮਾਰਿਆ ਗਿਆ, ਕੋਈ ਕਹਿੰਦਾ ਤੇਰੇ ਨਾਲ 4 MLA ਨਹੀਂ ਸੀ, ਕੋਈ ਕਹਿੰਦਾ ਤੇਰੇ ਨਾਲ 5 MLA ਨਹੀਂ ਸੀ। ਮੈਂ ਕਿਹਾ ਜੀ, ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਹ ਵੀ ਲੋੜ ਪੈਂਦੀ ਹੈ, ਮੈਂ ਤਾਂ ਇਹ ਸੋਚਿਆ ਸੀ ਵੀ ਲੋਕ ਚਾਹੀਦੇ ਆ, ਵੋਟਰ ਚਾਹੀਦੇ ਆ। ਸੋ ਕਿਤੇ ਨਾ ਕਿਤੇ ਇਹਨਾਂ ਨੇ ਪੂਰੀ ਸਾਜ਼ਿਸ਼ ਤਹਿਤ ਸਾਨੂੰ ਮਾਰਿਆ। ਦੇਖੋ, ਹੈਗੇ ਆ ਦੋ ਤਿੰਨ ਲੀਡਰ ਇੱਥੇ ਸਾਡੇ ਮੋਗੇ ਜ਼ਿਲ੍ਹੇ 'ਚ, ਮੈਂ ਤੁਹਾਨੂੰ ਦੱਸ ਕੇ ਹਟਿਆ, ਜਿਨ੍ਹਾਂ ਨੂੰ ਆਪ ਨੂੰ ਛੁੱਟੀ ਦੀ ਐਪਲੀਕੇਸ਼ਨ ਨਹੀਂ ਲਿਖਣੀ ਆਉਂਦੀ ਹੋਣੀ, ਉਹਨਾਂ ਨੇ ਜਾ ਕੇ ਹਾਈਕਮਾਨ ਦੀ ਬਾਂਹ ਮਰੋੜੀ, ਸਾਨੂੰ 18-18 ਪੜ੍ਹਿਆਂ ਨੂੰ ਫੇਲ ਕਰਤਾ ਉਹਨਾਂ ਨੇ, ਉਹਨਾਂ ਨੇ ਹਾਈਕਮਾਨ ਦੀ ਬਾਂਹ ਮਰੋੜੀ ਵੀ ਇਹ ਬੰਦੇ ਜਿੱਤ ਨਹੀਂ ਸਕਦੇ, ਇਹ ਨਵੇਂ ਆ ਜੀ। ਮੈਂ ਉਹਨਾਂ ਨੂੰ ਇਹ ਕਿਹਾ, ਮੈਂ ਕਿਹਾ ਫਿਰ ਤੁਸੀਂ ਕਾਹਤੋਂ ਸਰਵੇ ਕਰਾਉਣੇ ਆ,
ਕਾਹ ਤੋਂ ਇੱਕ ਨੰਬਰ, ਦੋ ਨੰਬਰ, ਤਿੰਨ ਨੰਬਰ ਨੂੰ ਪਾਓ? ਇਹ ਬਿਲਕੁਲ ਜੇ ਤੁਸੀਂ ਇਹਨਾਂ ਦੇ ਆਖੇ ਹੀ ਲੱਗਣਾ, ਇਹਨਾਂ ਨੇ ਤਾਂ ਕਾਂਗਰਸ ਤਕੜੀ ਹੋਣ ਹੀ ਨਹੀਂ ਦੇਣੀ। ਇੱਕ ਮੈਂ ਤੁਹਾਨੂੰ ਇਸ ਚੈਨਲਾਂ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ, ਅਸੀਂ ਸਾਰੇ ਚਾਹੁੰਦੇ ਹਾਂ ਰਾਹੁਲ ਗਾਂਧੀ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਬਣੇ। ਉਸ ਪਰਿਵਾਰ ਦੀਆਂ ਬਹੁਤ ਕੁਰਬਾਨੀਆਂ, ਪਰ ਜਿਸ ਹਿਸਾਬ ਨਾਲ ਇਹ ਲੱਗੇ ਹੋਏ ਆ, ਮੈਨੂੰ ਨਹੀਂ ਲੱਗਦਾ ਵੀ ਇਹ ਬਹੁਤ ਨੁਕਸਾਨ ਕਰੀ ਜਾਂਦੇ ਆ ਪਾਰਟੀ ਦਾ। ਪਰ ਅਸੀਂ ਦਿਲੋਂ ਸਾਰੇ ਬੰਦੇ ਚਾਹੁੰਦੇ ਹਾਂ ਵੀ ਕਾਂਗਰਸ ਪਾਰਟੀ ਦਾ ਪ੍ਰਧਾਨ, ਕਾਂਗਰਸ ਪਾਰਟੀ ਦਾ ਲੀਡਰ ਰਾਹੁਲ ਗਾਂਧੀ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਬਣੇ। ਮੈਂ ਇਸ ਕਰਕੇ ਨਾਰਾਜ਼ ਕਿਉਂ ਹੋਊਂਗਾ? ਮੈਂ, ਇਹ ਜ਼ਿੰਦਗੀ ਇੱਕ ਸੰਘਰਸ਼ ਹੈ, ਮੂੰਹ ਮੰਗਿਆ ਤਾਂ ਇੱਥੇ ਕੁਛ ਮਿਲਦਾ ਹੀ ਨਹੀਂ। ਅਸੀਂ ਇਹ ਚਾਹੁੰਦੇ ਸੀ ਕਿਸੇ ਕਾਂਗਰਸੀ ਨੂੰ ਦੇ ਦਿਓ, ਪਰ ਟਿਕਟ ਕਾਂਗਰਸੀ ਨੂੰ ਦੇ ਦਿਓ ਜਿਹਦਾ ਸੀ। ਮੈਂ ਇਹ ਵੀ ਕਹਿ ਕੇ ਆਇਆ ਸੀ ਹਾਈਕਮਾਂਡ ਨੂੰ, ਮੈਂ ਕਿਹਾ ਜੀ ਸਭ ਤੋਂ ਪਹਿਲਾਂ ਅਜੈਤਵਾਲ ਤੋਂ ਅੱਗੇ ਕੋ 500-700 ਬੰਦੇ ਦਾ ਇਕੱਠ ਲੈ ਕੇ ਮੈਂ ਅਤੇ ਸਾਰੀ ਟੀਮ ਅਸੀਂ ਖੜ੍ਹੇ ਹੋਵਾਂਗੇ ਉਹਨੂੰ ਲੈਣ ਵਾਸਤੇ। ਪਰ ਪਤਾ ਨਹੀਂ ਕਿਉਂ ਸਾਡਾ ਨੁਕਸਾਨ ਕੀਤਾ ਗਿਆ। ਦੁੱਖ ਮੈਨੂੰ ਇਸ ਗੱਲ ਦਾ, ਇੱਕ ਸਾਲ ਦੇ ਵਿੱਚ ਇੱਕ ਬੰਦੇ ਨੂੰ ਦੋ ਟਿਕਟਾਂ ਦੇ ਦਿੱਤੀਆਂ ਗਈਆਂ। 2022 ਦੀ ਜਨਵਰੀ ਫਰਵਰੀ 'ਚ ਉਹ ਬੰਦਾ ਆਉਂਦਾ, ਅਕਾਲੀ ਦਲ 'ਚੋਂ ਆਉਂਦੇ ਵਿਧਾਨ ਸਭਾ 'ਚ ਟਿਕਟ ਦੇ ਦਿੱਤੀ ਜਾਂਦੀ ਹੈ। ਉਹ ਬੰਦਾ ਆਪਦੇ ਹਲਕੇ 'ਚੋਂ 40,000 'ਤੇ ਹਾਰ ਜਾਂਦਾ, ਉਸ ਤੋਂ ਬਾਅਦ ਉਹਦੀ ਵਾਈਫ ਨੂੰ ਟਿਕਟ ਦੇ ਦਿੱਤੀ ਜਾਂਦੀ ਹੈ। ਸੋ ਚਲੋ ਹੁਣ ਅਸੀਂ ਮੋਗੇ ਦਾ ਇਕੱਠ ਰੱਖਿਆ, ਇਸ ਤੋਂ ਬਾਅਦ ਅਸੀਂ ਫਰੀਦਕੋਟ ਦਾ ਰੱਖਣਾ, ਉਸ ਤੋਂ ਬਾਅਦ ਅਸੀਂ ਰਾਮਪੁਰਾ ਫੂਲ ਦਾ ਰੱਖਣਾ। ਅਸੀਂ ਆਪਦਾ ਦਰਦ ਲੋਕਾਂ 'ਚ ਲੈ ਕੇ ਜਾਣਾ। ਸਾਡੀ ਯੂਥ ਨੂੰ ਇਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਆ, ਪਰ ਮੈਂ ਇੱਕ ਤੁਹਾਨੂੰ ਸਾਰੀ ਯੂਥ ਨੂੰ ਵਾਅਦਾ ਕਰਦਾ, ਪਾਵਰ ਭਾਵੇਂ ਮੇਰੇ ਕੋਲ ਨਹੀਂ ਹੈ, ਪਰ ਮੈਂ ਤੁਹਾਡੇ ਹਰ ਦੁੱਖ ਸੁੱਖ 'ਚ ਖੜਾ ਵਾਂ। ਕੀ ਸਮਝਦੇ ਹੋ ਕਿ ਤੁਸੀਂ ਜਿਹੜੇ ਪਰਿਵਾਰ, ਤੁਸੀਂ ਕਹਿੰਦੇ ਹੋ ਨਵਾਂ ਆਇਆ 2021-22 ਦੇ ਵਿੱਚ ਆਇਆ, ਬਾਕੀ ਕਾਂਗਰਸੀਆਂ ਨੂੰ ਦਰਕਿਨਾਰ ਕਰਕੇ ਉਹਨੂੰ ਟਿਕਟ ਕਿਉਂ ਦਿੱਤੀ, ਉਹ 'ਤੇ ਕਿਉਂ ਯਕੀਨ ਜਿਤਾਇਆ? ਇਹ ਉਹਨਾਂ ਨੂੰ ਪਤਾ ਹੋਣਾ। ਉਹਦਾ ਕਾਰਨ ਹੈ ਵੀ ਦੋ ਤਿੰਨ ਲੀਡਰਾਂ ਨੇ ਜਿਹੜੇ ਅਕਾਲੀ ਦਲ 'ਚੋਂ ਆਏ ਹੋਏ ਨਹੀਂ। ਚਲੋ ਮੈਂ ਕਿਸੇ ਦੀ, ਮੈਂ ਅੱਜ ਤੱਕ ਕਿਸੇ ਦੀ ਸ਼ਾਨ ਦੇ ਵਰਖਿਲਾਫ ਨਹੀਂ ਬੋਲਿਆ, ਪਰ ਉਹਨਾਂ ਨੇ ਮੇਰੀ ਸ਼ਾਨ ਦੇ ਵਰਖਿਲਾਫ ਬਹੁਤ ਗੱਲਾਂ ਕੀਤੀਆਂ। ਉਹਨਾਂ ਬੰਦਿਆਂ ਨੇ ਕਿਹਾ ਵੀ ਇਹ ਬੰਦੇ ਜਿੱਤਣਗੇ, ਆਉਣ ਵਾਲੇ ਟਾਈਮ ਦੇ ਵਿੱਚ ਕੰਮ ਕਰਕੇ ਵਿਖਾਉਣਗੇ, ਨਵੀਂ ਸਫਾਬੰਦੀ ਆਊਗੀ, ਇਸ ਕਰਕੇ ਮੇਰਾ ਨੁਕਸਾਨ ਕੀਤਾ ਗਿਆ। ਪਰ ਮੈਂ ਇੱਕ ਤੁਹਾਨੂੰ ਦੱਸ ਦਿੰਦਾ, ਮੈਂ ਪਿੰਡ ਪਿੰਡ ਜਾਣਾ, ਮੈਂ ਲੋਕਾਂ ਕੋਲ, ਮੈਂ ਲੋਕਾਂ ਨੂੰ ਇਹ ਪੁੱਛਣਾ ਵੀ ਮੇਰਾ ਕਸੂਰ ਕੀ ਸੀ। ਗੱਲ ਮੇਰੇ ਸਤਿਕਾਰਯੋਗ ਲੀਡਰ ਨੇ, ਉਹਨਾਂ ਨਾਲ ਮੇਰੀ ਗੱਲ ਹੁੰਦੀ ਰਹੀ ਆ। ਮੈਂ ਬਾਜਵਾ ਸਾਹਿਬ ਕੋਲ ਵੀ ਕਿਹਾ, ਉਹਨਾਂ ਨੂੰ ਵੀ ਮੈਂ ਕਿਹਾ ਜੀ ਬਈ ਟਿਕਟ ਦਾ ਦੱਸੋ, ਜੇ ਮੈਨੂੰ ਨਹੀਂ ਵੀ ਦੇਣੀ ਮੈਨੂੰ ਤਾਂ ਵੀ ਦੱਸ ਦਿਉ, ਬਿਲਕੁਲ ਉਹਦੇ ਫਿਕਰ ਨਾ ਕਰ, ਤੂੰ ਸਰਵੇ 'ਚ ਹਰ ਜਗ੍ਹਾ ਇੱਕ ਨੰਬਰ 'ਤੇ ਆਉਣਾ, ਟਿਕਟ ਤੈਨੂੰ ਹੀ ਦੇਵਾਂਗੇ। ਬਿਲਕੁਲ ਕਿਸੇ ਨਾਲ ਨਹੀਂ ਹੋਈ ਨਹੀਂ, ਮੈਨੂੰ ਗੱਲ ਹੀ ਕੋਈ ਨਹੀਂ ਹੋਈ, ਤਾਂ ਮੈਂ ਨਾਰਾਜ਼ਗੀ ਕਿਹਦੇ ਕੋਲ ਜ਼ਾਹਰ ਕਰਨੀ? ਪਰਮਿੰਦਰ, 2019 ਦੇ ਵਿੱਚ ਵੀ ਤੁਸੀਂ ਟਰਾਈ ਕੀਤੀ ਸੀਗੀ, ਉਦੋਂ ਵੀ ਤੁਹਾਡੀ ਟਿਕਟ ਕੱਟੀ ਗਈ ਸੀਗੀ, ਔਰ ਮਤਲਬ ਕਿ ਕਿਹਾ ਗਿਆ ਸੀਗਾ ਕਿ ਤੁਹਾਨੂੰ ਟਿਕਟ ਮਿਲੂਗੀ, ਉਦੋਂ ਵੀ ਭਰੋਸਾ ਦਿੱਤਾ ਗਿਆ ਸੀਗਾ, ਸੇਮ ਕੰਡੀਸ਼ਨ ਹੁਣ 2024 ਦੇ ਵਿੱਚ। ਦੇਖੋ ਜੀ ਕੀ ਲੱਗਦਾ ਤੁਹਾਨੂੰ? ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ, 2019 ਦੇ ਵਿੱਚ ਟਿਕਟ ਕੱਟੀ ਗਈ, ਬੀਬੀ ਨੂੰ ਭਰੋਸਾ ਦਿੱਤਾ ਸੀ ਵੀ ਤੁਹਾਨੂੰ 22 ਦੇ ਵਿੱਚ ਟਿਕਟ ਦੇਵਾਂਗੇ। 22 ਦੇ ਵਿੱਚ ਵੀ ਬੀਬੀ ਨੇ ਮੈਨੂੰ ਕਿਹਾ, ਮੇਰੀ ਮਦਰ ਜਗਦਰਸ਼ਨ ਕੌਰ ਨੇ, ਵੀ ਡਿੰਪਲ ਆਪਾਂ ਪਾਰਟੀ ਨਾਲ ਡਟ ਕੇ ਖੜਨਾ, ਕੋਈ ਗੱਲ ਨਹੀਂ, ਬਹੁਤ ਮਜਬੂਰੀਆਂ ਹੁੰਦੀਆਂ ਪਾਰਟੀ ਦੀਆਂ। ਇਹੀ ਹਾਈਕਮਾਨ ਨੇ ਬੁਲਾ ਕੇ ਸਾਨੂੰ ਮਾਂ ਪੁੱਤਾਂ ਨੂੰ ਕਿਹਾ, ਤੁਹਾਡੇ 'ਚੋਂ ਇੱਕ ਨੂੰ ਅਸੀਂ ਲੋਕ ਸਭਾ ਦੀ ਟਿਕਟ ਦੇਵਾਂਗੇ, ਤਕੜੇ ਹੋ ਕੇ ਕੰਮ ਕਰੋ। ਹੁਣ ਵੀ ਮੈਂ ਇੱਕੋ ਹੀ ਮਾਪਦੰਡ ਇਹਨਾਂ ਨੂੰ ਪੁੱਛਣਾ ਚਾਹੁੰਦਾ, ਇੱਕ ਮੇਰੀ ਮਦਰ ਪੂਨੇ ਦੀ ਪੜ੍ਹੀ ਹੋਈ ਹੈ, ਬੰਬੇ ਦੀ ਪੜ੍ਹੀ ਹੋਈ ਹੈ, ਇਹੋ ਜਿਹੀ ਕਿਹੜਾ ਅਸੀਂ ਗਲਤ ਕੰਮ ਕਰਤਾ ਇਹਨਾਂ ਨੂੰ ਕੱਟ ਕੇ? ਜੇ ਲੇਡੀਜ਼ ਕੋਟਾ ਹੀ ਲਿਆਉਣਾ ਸੀ ਇਹਨਾਂ ਨੂੰ ਦੇ ਦਿੰਦੇ, ਘੱਟੋ ਘੱਟ ਕਾਂਗਰਸੀ ਨੂੰ ਤਾਂ ਕਿਸੇ ਨੂੰ ਮਿਲ ਜਾਂਦੀ। ਦੇਖੋ ਜੀ ਫਿਲਹਾਲ ਜਦੋਂ ਸਾਡੇ ਤੱਕ ਕਿਸੇ ਨੇ ਕੋਈ ਪਹੁੰਚ ਨਹੀਂ ਕੀਤੀ, ਬਾਈਕਾਟ ਹੀ ਸਮਝਿਆ ਜਾਵੇ, ਪਰ ਮੈਂ ਲੋਕਾਂ ਦੇ ਵਿੱਚ ਆਪਦਾ ਪੱਖ ਲੈ ਕੇ ਜਾਊਂਗਾ। ਜਿਹੜੀ ਯੂਥ ਹਜ਼ਾਰਾਂ ਦੀ ਤਦਾਦ 'ਚ ਮੇਰੇ ਨਾਲ ਤੁਰੀ ਹੋਈ ਸੀ, ਮੈਂ ਉਹਨਾਂ ਕੋਲ ਜਾਊਂਗਾ ਵੀ ਦੱਸੋ ਤੁਹਾਡਾ ਕੀ ਫੈਸਲਾ ਵਾ।
ਜੋ ਮੈਨੂੰ ਉਹ ਫੈਸਲਾ ਦੇਣਗੇ। ਇਸ ਤੋਂ ਬਾਅਦ ਅਸੀਂ ਫਰੀਦਕੋਟ ਰੱਖ ਰਹੇ ਹਾਂ, ਉਸ ਤੋਂ ਬਾਅਦ ਰਾਮਪੁਰਾ ਫੂਰ ਰੱਖ ਰਹੇ ਹਾਂ, ਜੋ ਉਹਨਾਂ ਦਾ ਫੈਸਲਾ ਹੋਊਗਾ ਉਹ ਅਸੀਂ ਤੁਹਾਨੂੰ ਦੱਸ ਦਿਆਂਗੇ। ਦੀ ਗੱਲ ਸੁਣ ਕੇ ਤੁਹਾਨੂੰ ਟਿਕਟ ਦਿੱਤੀ ਗਈ ਆ ਉਹਨਾਂ ਨੂੰ ਸਾਹੋ ਕੇ ਪਰਿਵਾਰ ਨੂੰ, ਜਿਹੜੇ ਮੋਗਾ ਦੀ ਜਾਂ ਫਰੀਦਕੋਟ ਹਲਕੇ ਦੀ ਲੋਕਲ ਕਾਂਗਰਸ ਲੀਡਰਸ਼ਿਪ ਹੈ, ਕੀ ਉਹ ਇਹ ਚਾਹੁੰਦੀ ਸੀ ਜਦੋਂ ਤੁਸੀਂ ਕੰਮ ਕਰ ਰਹੇ ਸੀ ਤੁਹਾਡੇ ਨਾਲ ਉਹਨਾਂ ਦਾ ਕਿਹੋ ਜਿਹਾ ਰਾਬਤਾ ਸੀਗਾ, ਕਿ ਉਹ ਖੁਸ਼ ਸੀਗੇ? ਦੇਖੋ ਜੀ, ਇਕੱਲੇ ਇੱਕ ਦੋ ਲੀਡਰਾਂ ਨੂੰ ਛੱਡ ਕੇ ਬਾਕੀ ਸਾਰੇ ਸਾਡੇ ਨਾਲ ਸੀ। ਬਾਈ ਕਿੱਕੀ ਜੀ ਨੇ ਬੜਾ ਸਾਡਾ ਸਾਥ ਦਿੱਤਾ, ਮੈਨੂੰ ਹਰ ਜਗ੍ਹਾ ਉਹਨਾਂ ਨੇ ਫਰੀਦਕੋਟ 'ਚ ਵਾੜਿਆ ਔਰ ਮੈਨੂੰ ਕਿਹਾ ਡਿੰਪਲ ਤਕੜਾ ਹੋ। ਉਹਨਾਂ ਨੇ ਆਪ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੂੰ ਫੋਨ 'ਤੇ ਕਿਹਾ ਵੀ ਇਹ ਮੁੰਡਾ ਮਿਹਨਤੀ, ਇਹਨੂੰ ਟਿਕਟ ਦੇ ਜਿੱਤ ਜਾਂਗੇ। ਮੈਨੂੰ ਨਹੀਂ ਪਤਾ ਅਖੀਰਲੇ ਤਿੰਨਾਂ ਚਾਰਾਂ ਦਿਨਾਂ 'ਚ ਕੀ ਹੋਇਆ ਕੀ ਨਹੀਂ ਹੋਇਆ, ਇਹ ਉਹੀ ਦੱਸ ਸਕਦੇ ਆ, ਪਰ ਮੇਰੇ ਦਾ ਨੁਕਸਾਨ ਹੋ ਗਿਆ। ਜੀ 2 ਦਿਨ ਪਹਿਲਾਂ ਜਿਹਨਾਂ ਨੂੰ ਟਿਕਟ ਮਿਲੀ ਸੀ, ਅੱਜ ਤੁਹਾਡੇ ਵਰਕਰ ਨਾਰਾਜ਼ਗੀ ਜ਼ਾਹਰ ਕਰਦੇ ਵੀ ਅੱਜ ਹੀ ਫੋਨ ਚੱਕਣੋਂ ਹਟ ਗਏ, ਇਸ ਸੰਬੰਧੀ ਕੀ ਕਹਿਣਾ ਚਾਹੁੰਦੇ ਹੋ ਕਿ ਵਰਕਰਾਂ ਦੀ ਨਾਰਾਜ਼ਗੀ ਅੱਜ? ਨਹੀਂ ਦੇਖੋ, ਇਹ ਉਹੀ ਦੱਸ ਸਕਦੇ ਆ ਵੀ ਉਹ ਫੋਨ ਕਿਉਂ ਨਹੀਂ ਚੱਕਦੇ, ਪਰ ਮੈਂ ਤਾਂ 24 ਘੰਟੇ ਵਰਕਰੀ ਕੀਤੀ ਹੈ, 24 ਘੰਟੇ। ਬਿਲਕੁਲ, ਤੁਸੀਂ ਬਾਈਕਾਟ ਸਮਝੋ ਦੀ ਗੱਲ ਕੀਤੀ ਹੈ, ਬਾਈਕਾਟ ਕਿਸ ਤਰ੍ਹਾਂ ਕਰੋਗੇ? ਤੁਸੀਂ ਕਹਿ ਰਹੇ ਹੋ ਸਾਡੇ ਤਾਂ ਅਪਰੋਚ ਨਹੀਂ ਕੀਤੀ, ਕੱਲ੍ਹ ਨੂੰ ਸਾਹਿਬ ਦੇ ਸਾਹਿਬ ਤੁਹਾਡੇ ਘਰੇ ਆਉਂਦੇ ਨੇ, ਤੁਹਾਨੂੰ ਮਨਾਉਂਦੇ ਨੇ, ਫਿਰ ਤੁਸੀਂ ਉਹਨਾਂ ਨਾਲ ਚੱਲੋਗੇ? ਨਹੀਂ ਬਿਲਕੁਲ ਜੀ, ਮੈਂ ਕੋਈ ਇਸ ਗੱਲ ਦਾ ਕੁਛ ਨਹੀਂ ਕਹਿ ਸਕਦਾ, ਕਿਸੇ ਨੇ ਸਾਡੇ ਤੱਕ ਅਪਰੋਚ ਨਹੀਂ ਕੀਤੀ। ਜਦੋਂ ਕੀ ਜਦੋਂ ਕੋਈ ਸਾਡੇ ਤੱਕ ਹਾਈ ਕਮਾਨ ਅਪਰੋਚ ਕਰੂਗਾ ਤਾਂ ਬਿਲਕੁਲ ਉਹੋ ਜਿਹਾ ਵੇਖਿਆ ਜਾਊਗਾ ਵੀ ਕੀ ਫੈਸਲਾ ਲੈਣੇ। ਸਾਹਿਬ ਕੇ ਸਾਹਿਬ ਤੁਹਾਡੇ ਕੋਲ ਆਉਂਦੇ ਆ ਤਾਂ ਫਿਰ ਤੁਸੀਂ ਉਹਨਾਂ ਦੇ ਨਾਲ ਤੁਰੋਗੇ? ਦੇਖੋ ਜੀ, ਮੇਰਾ ਕੋਈ ਮਤਲਬ ਨਹੀਂ ਕਿਸੇ ਨਾਲ, ਮੈਂ ਇਕੱਲੀ ਹਾਈ ਕਮਾਨ ਦੀ ਗੱਲ ਸੁਣਦਾ ਵਾਂ। ਸਾਡੇ ਪੰਜਾਬ ਦੇ ਪ੍ਰਧਾਨ ਨੇ, ਓਪੋਜੀਸ਼ਨ ਦੇ ਲੀਡਰ ਨੇ, ਅਗਰ ਜੇ ਕੋਈ ਉਹ ਗੱਲ ਕਰਨਗੇ, ਹਜੇ ਤਾਂ ਫਿਲਹਾਲ ਅਸੀਂ ਫਰੀਦਕੋਟ ਅਤੇ ਰਾਮਪੁਰਾ ਫੂਲ 'ਚ ਇਕੱਠ ਰੱਖਣੇ ਆ, ਪਤਾ ਲੱਗ ਜਾਊਗਾ ਥੋੜ੍ਹੇ ਦਿਨਾਂ 'ਚ। ਹਾਈਕਮਾਂਡ ਦੀ ਗੱਲ ਕਰਦੇ, ਹਾਈਕਮਾਂਡ ਦਾ ਫੈਸਲਾ ਤੁਸੀਂ ਕਹਿ ਰਹੇ ਅਸੀਂ ਉਹਦਾ ਮੰਨਦੇ ਹਾਂ, ਹਾਈਕਮਾਂਡ ਨੇ ਫੈਸਲਾ ਸੁਣਾਇਆ ਸਾਹੂਕੇ ਨੂੰ, ਸਾਹੂਕੇ ਨਾਲ ਤੁਸੀਂ ਚੱਲੋਗੇ? ਦੇਖੋ, ਮੈਂ ਤੁਹਾਨੂੰ ਫਿਰ ਇਹ ਦੱਸਣਾ ਚਾਹੁੰਦਾ, ਹਾਈਕਮਾਂਡ ਦੇ ਫੈਸਲੇ ਦੀ ਮੈਂ ਗੱਲ ਨਹੀਂ ਕੀਤੀ, ਇੱਥੇ ਲੜਾਈ ਆ ਕਾਂਗਰਸ ਦੀ। ਬਿਲਕੁਲ, ਹਜੇ ਕੋਈ ਫੈਸਲਾ ਨਹੀਂ, ਕੋਈ ਫੈਸਲਾ ਨਹੀਂ। ਆਉਣ ਵਾਲੇ ਟਾਈਮ 'ਚ ਫਰੀਦਕੋਟ ਵਾਲਿਆਂ ਨੂੰ ਵੀ ਪੁੱਛਿਆ ਜਾਊਗਾ, ਰਾਮਪੁਰਾ ਫੂਲ ਵਾਲਿਆਂ ਨੂੰ ਪੁੱਛਿਆ ਜਾਊਗਾ, ਬਸ 1-2 ਦਿਨਾਂ 'ਚ ਜੀ। ਹਾੜੀ ਦਾ ਸੀਜ਼ਨ ਹੈ, ਹਾੜੀ ਦਾ ਸੀਜ਼ਨ ਹੈ। ਡਿੰਪਲ ਅਜਾਦ ਇਲੈਕਸ਼ਨ ਲੜ ਸਕਦੇ ਆ? ਦੇਖੋ, ਇਹ ਵੀ ਉਹ ਜਿਵੇਂ ਉਹ ਕਹਿਣਗੇ ਉਵੇਂ ਫੈਸਲਾ ਹੋ ਜਾਊਗਾ, ਠੀਕ ਹੈ ਨਾ? ਅਸੀਂ ਪਾਰਟੀ ਦੀ ਕਿਸੇ ਸਭਾਬੰਦੀ ਤੋਂ ਬਾਹਰ ਨਹੀਂ ਗਏ। ਹਾਈਕਮਾਂਡ ਵੀ ਡਿੰਪਲ ਮੰਨੇਗਾ ਨਾ? ਜੇ ਕੋਈ ਹਾਈਕਮਾਂਡ ਅਪਰੋਚ ਕਰੂਗੀ, ਜੇ ਕੋਈ ਪੁੱਛੂਗੀ, ਤੇ ਦੇਖ ਲਾਂਗੇ ਕੀ ਫੈਸਲਾ ਦਿੰਦੇ। ਪਰ ਬੀਬੀ ਜੀ ਸਿਰ ਹਿਲਾ ਰਹੇ ਕਹਿੰਦੇ ਨਹੀਂ? ਨਹੀਂ ਨਹੀਂ, ਚਲੋ ਇਹ ਬੀਬੀ ਦੇ ਧੰਨਵਾਦ, ਗੁੱਸਾ ਵਾ ਉਹਨਾਂ ਦੇ ਮਨ 'ਚ, ਬੀਬੀ ਨਾਲ ਇਹਨਾਂ ਨੇ ਬਹੁਤ ਧੱਕਾ ਕੀਤਾ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਮੈਂ ਵਰਕਰਾਂ ਦੀ ਸੁਣੂੰਗਾ, ਜਿਵੇਂ ਵਰਕਰ ਕਹਿਣਗੇ, ਵਰਕਰ ਕਹਿਣਗੇ ਮਤਲਬ ਆਜ਼ਾਦ ਲੜੋ, ਫਿਰ ਆਜ਼ਾਦ ਲੜੋਗੇ ਜੇ ਹਾਈਕਮਾਂਡ ਕਹੋਗੇ ਨਾਲ ਤੁਰੋਗੇ ਨਾਲ ਤੁਰੋਗੇ, ਦੋਨਾਂ 'ਚ ਕੀ ਚੁਣੋ? ਤੁਸੀਂ 1 ਮਿੰਟ ਮੇਰੀ ਵੀ ਗੱਲ ਸੁਣੋ, ਤੁਸੀਂ ਸਾਰੇ ਪ੍ਰੈਸ ਬੈਠੇ ਹੋ, ਸਾਰਿਆਂ ਦਾ ਬੜਾ ਧੰਨਵਾਦ ਹੈ। ਜੇ ਕੋਈ ਤੁਹਾਡੇ ਨਾਲ ਪ੍ਰੈਸ ਵਾਲਿਆਂ 'ਚ ਕਿ ਸਾਰੇ ਬੈਠੇ ਮਾਨ ਸਤਿਕਾਰਯੋਗ, ਜੇ ਤੁਹਾਡੇ ਕਿਸੇ ਨਾਲ ਇੰਨਾ ਧੱਕਾ ਹੋਵੇ ਤੁਹਾਨੂੰ ਉਂਗਲ ਫੜ ਕੇ ਬਾਹਰ ਕੱਢ ਦੇਣ, ਤੁਸੀਂ ਪੁੱਛੋਗੇ ਨਹੀਂ? ਬੀਬੀ ਖੁੱਲ ਕੇ ਦੱਸੋ ਨਾ ਕੀ ਚਾਹੋਗੇ। ਨਹੀਂ, ਮੈਂ ਜੋ ਗੱਲ ਕਹਿ ਰਹੀ ਹਾਂ ਉਹ ਸੁਣੋ ਤੁਸੀਂ, ਜੋ ਮੈਂ ਕਹਿ ਰਹੀ ਹਾਂ, ਤੁਸੀਂ ਸਾਰੀ ਟੀਮ ਹੈ ਤੁਹਾਡੇ 'ਚ ਇੱਕ ਨੂੰ ਖਿੱਚ ਕੇ ਬਾਹਰ ਕੱਢ ਦੇਣ, ਅਤੇ ਤੁਸੀਂ ਪੁੱਛੋਗੇ ਨਹੀਂ ਕਿਸ ਕਰਕੇ ਕੱਢਿਆ ਮੈਨੂੰ? ਇਸ ਗੱਲ ਦਾ ਜਵਾਬ ਦਿਓ ਮੈਨੂੰ, ਪੁੱਛੋਗੇ ਨਹੀਂ? ਇਹ ਬਾਅਦ 'ਚ ਬਾਅਦ 'ਚ ਤੁਰੋਗੇ? ਦੇਖੋ ਜੀ, ਬਿਲਕੁਲ ਕੋਈ ਨਾ, ਬਿਲਕੁਲ ਨਾਲ ਤੁਰਨ ਵਾਲੀ ਗੱਲ ਹਜੇ ਕੋਈ ਨਹੀਂ। ਮੈਂ ਇੱਕ ਤੁਹਾਡੇ ਪ੍ਰੈਸ ਰਾਹੀਂ ਸਾਰੀ ਜਿੰਨੀ ਮੇਰੀ ਟੀਮ ਹੈ, ਰਾਮਪੁਰਾ ਫੂਲ, ਫਰੀਦਕੋਟ, ਜਿੱਥੇ ਜਿੱਥੇ ਵੀ ਸਾਡੇ ਬੰਦੇ ਬੈਠੇ ਆ, ਉਹਨਾਂ ਨਾਲ ਸਲਾਹ ਕਰਕੇ 1-2 ਦਿਨਾਂ 'ਚ ਹੀ ਅਸੀਂ ਆਪਦਾ ਨਿਰਣੇ ਲੈ ਲਾਂਗੇ ਅਤੇ ਆਪਦਾ ਫੈਸਲਾ ਲੈ ਲਾਂਗੇ ਕਿ ਅਸੀਂ ਆਉਣ ਵਾਲੇ ਟਾਈਮ 'ਚ ਕਰਦੇ ਹਾਂ। ਇਹ ਕੋਈ ਗੱਲਾਂ ਲੁਗੀਆਂ ਛਿਪੀਆਂ ਤਾਂ ਹੈ ਨਹੀਂ, ਅਗਰ ਜੇ ਸਾਡੇ ਮਨ 'ਚ ਕੋਈ ਗੱਲ ਹੁੰਦੀ ਤਾਂ ਅਸੀਂ ਤੁਹਾਨੂੰ ਦੱਸ ਦੇਵੇ, ਅਸੀਂ ਤੁਰ
ਤੁਰਨ ਲੱਗੇ ਹਾਂ, ਬਿਲਕੁਲ ਹਜੇ ਸਾਡਾ ਕੋਈ ਤੁਰਨ ਦਾ ਉਹ ਨਹੀਂ ਗਾ। ਅਸੀਂ ਪੂਰੀ ਆਪਦੇ ਇੱਕ ਇੱਕ ਬੰਦੇ ਨਾਲ ਗੱਲ ਕਰਕੇ, ਆਹ ਸਾਰੀ ਕਰੀਮ ਖੜ੍ਹੀ ਹੈ ਜੀ ਜਿਹਨਾਂ ਮੁੰਡਿਆਂ ਨੇ ਦਿਨ ਰਾਤ ਕੰਮ ਕੀਤਾ, ਕਈ ਵਾਰੀ ਤਾਂ ਮੈਂ ਜਾ ਕੇ ਪੈ ਜਾਂਦਾ ਸੀ, ਇਹ ਰਾਤ ਨੂੰ ਵੀ ਤੁਰੇ ਫਿਰਦੇ ਸੀ। ਸੋ ਮੈਂ ਇਹਨਾਂ ਦੇ ਇੱਕ ਇੰਚ ਵੀ ਇਹਨਾਂ ਤੋਂ ਬਾਹਰ ਨਹੀਂ ਗਾ, ਜੋ ਇਹ ਕਹਿਣਗੇ ਉਵੇਂ ਕੀਤਾ ਜਾਊ। 2022 ਚ ਜਦੋਂ ਸਾਊਗੇ ਪਰਿਵਾਰ ਨੂੰ ਟਿਕਟ ਮਿਲੀ ਸੀ ਵਿਧਾਨ ਸਭਾ ਦੀ, ਉਦੋਂ ਮੁਖਾਲਫਤ ਕਿਉਂ ਨਹੀਂ ਕੀਤੀ ਗਈ ਤੁਹਾਡੇ ਵੱਲੋਂ, ਉਦੋਂ ਕਿਉਂ ਨਹੀਂ ਗੁੱਸਾ ਜ਼ਾਹਰ ਕੀਤਾ ਗਿਆ, ਉਦੋਂ ਵੀ ਤੁਹਾਨੂੰ ਆਸ਼ਵਾਸਨ ਦਿੱਤਾ ਸੀਗਾ ਪਾਰਟੀ? ਬਿਲਕੁਲ ਆਸ਼ਵਾਸਨ ਦਿੱਤਾ ਸੀ। ਫਿਰ ਇਹ ਮੇਰਾ ਕਸੂਰ ਹੈ, ਮੇਰਾ ਜਾਂ ਮੇਰੇ ਪਰਿਵਾਰ ਦਾ ਕਸੂਰ ਹੈ ਵੀ ਜੇ ਅਸੀਂ ਹਰ ਜਗ੍ਹਾ ਪਾਰਟੀ ਦਾ ਹੁਕਮ ਮੰਨਦੇ ਹਾਂ, ਪਰ ਐਤਕੀ ਮਨ 'ਚ ਰੋਸ ਹੈ, ਇੱਦਾਂ ਨਹੀਂ ਤੁਰਾਂਗੇ। ਬਿਲਕੁਲ, ਸਤੀਸ਼ ਸਾਹਿਬ ਦੀ ਟਿਕਟ ਕੱਟੀ ਗਈ ਹੈ, ਉਹਨਾਂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਤੋਂ ਅਜੇਪਾਲ ਨੇ ਵੀ ਟਰਾਈ ਕੀਤੀ ਸੀਗੀ ਇੱਥੋਂ ਫਰੀਦਕੋਟ ਤੋਂ, ਪਰ ਉਹਨਾਂ ਦਾ ਕੱਲ੍ਹ ਬਿਆਨ ਆ ਗਿਆ ਕਿ ਉਹਨਾਂ ਨੂੰ ਟਿਕਟ ਉਹਨਾਂ ਦੀ ਮੈਨੂੰ ਨਹੀਂ ਮਿਲੀ ਔਰ ਉਹ ਕਰਨਗੇ ਸਾਹਿਬ ਦੇ ਨਾਲ। ਦੇਖੋ ਜੀ, ਮੈਂ ਉਹਨਾਂ ਨੂੰ ਜਾਣਦਾ ਹੀ ਨਹੀਂ ਵੀ ਕੌਣ ਅਜੇਪਾਲ, ਮੈਂ ਤਾਂ ਦੋ ਤਿੰਨ ਜਣਿਆਂ ਨੂੰ ਜਾਣਦਾ ਸੀ, ਉਹ ਸਾਰਿਆਂ ਨੂੰ ਮੇਰੇ ਨਾਲ ਗੱਲ ਵੀ ਕੀਤੀ ਉਹਨਾਂ ਨੇ ਵੀ ਬਾਈ ਆਪਣੇ ਨਾਲ ਧੱਕਾ ਕੀਤਾ, ਆਪਾਂ ਸੋਚ ਵਿਚਾਰ ਕੇ ਆਉਣ ਵਾਲਾ ਫੈਸਲਾ ਦੇਵਾਂਗੇ। ਹਾਂਜੀ ਪਰਮਿੰਦਰ ਜੀ, ਜਿਸ ਤਰ੍ਹਾਂ ਤੁਸੀਂ ਬਾਗੀ ਹੋ ਗਏ ਜਾਂ ਬਾਗੀ ਹੋਣ ਤੋਂ ਬਾਅਦ, ਲੱਗਦਾ ਨਹੀਂ ਵੀ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਨੁਕਸਾਨ ਹੋਊਗਾ? ਦੇਖੋ, ਇਹ ਤਾਂ ਪਾਰਟੀ ਵੇਖੇ, ਪਾਰਟੀ ਜਦੋਂ ਉਹਨੂੰ ਟਿਕਟ ਦਿੱਤੀ ਸੀ ਉਦੋਂ ਵੇਖਦੀ ਵੀ ਕੀ ਨੁਕਸਾਨ ਹੋਊਗਾ। ਮੈਨੂੰ ਦੁੱਖ ਇੱਕੋ ਹੀ ਹੈ, ਮੈਨੂੰ 3 ਸਾਲ ਹੋ ਗਏ ਸੀ ਲਗਾਤਾਰ, 2015 ਤੋਂ ਮੈਂ ਲਗਾਤਾਰ ਲੱਗਿਆ ਹੋਇਆ ਸੀ ਇਸ ਲੋਕ ਸਭਾ 'ਚ। 2 ਮਹੀਨੇ ਪਹਿਲਾਂ ਇੱਕ ਲੇਡੀ ਆਉਂਦੀ ਹੈ ਉਹ ਟਿਕਟ ਲੈ ਕੇ, ਤੁਸੀਂ ਦੱਸ ਦਿਓ ਕੀ ਮੇਰੇ ਨਾਲ ਇਨਸਾਫ ਹੈ? ਇਹਨਾਂ ਨੇ ਤਾਂ ਪਾਰਟੀ ਹਰ ਬੰਦੇ ਨੇ ਆਪਦੇ ਪਿਓ ਦੀ ਬਣਾ ਲਈ ਹੈ ਵੀ ਪਾਰਟੀ ਜੋ ਅਸੀਂ ਕਹੀਏ ਉਹ ਹੋਊਗਾ। ਸੋ ਇੱਕ ਲੀਡਰ ਹੈ, ਬਹੁਤ ਵੱਡਾ ਲੀਡਰ ਹੈ ਸਾਡੇ ਪੰਜਾਬ ਦਾ, ਮੇਰੇ ਸਮਾਜ ਦਾ, ਮੈਂ ਉਹਦਾ ਨਾਂ ਕੀ ਲੈਣਾ, ਜਦੋਂ ਵੀ ਮਿਲਣਾ ਕੋਈ ਨਹੀਂ ਛੋਟੇ ਵੀਰ ਤੈਨੂੰ ਹੀ ਲਿਆਵਾਂਗੇ। ਇਹ ਸਾਰੀ ਗੇਮ ਉਹਨਾਂ ਨੇ ਕੀਤੀ ਹੈ। ਸੋ ਚਾਹੁੰਦੇ ਨਹੀਂ ਸੀ ਵੀ ਆਉਣ ਵਾਲਾ ਟਾਈਮ ਨਵੀਂ ਯੂਥ ਦਾ ਹੋਵੇ, ਆਉਣ ਵਾਲਾ ਟਾਈਮ ਨਵੇਂ ਮੁੰਡਿਆਂ ਦਾ ਹੋਵੇ, ਕਾਹਦੀ ਆ ਕਾਹਦਾ ਤੁਸੀਂ ਕਹਿੰਦੇ ਹੋ ਵੀ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਨਵੇਂ ਮੁੰਡਿਆਂ ਨੂੰ ਬਲਾਕ ਪ੍ਰਧਾਨਾਂ ਨੂੰ ਇਲੈਕਸ਼ਨ ਲੜਾਵਾਂਗੇ ਜਾਂ ਇਹਨਾਂ ਨੂੰ ਪੁੱਛ ਕੇ ਇਲੈਕਸ਼ਨ ਲੜਾਵਾਂਗੇ, ਕਾਹਦਾ ਇਹਨਾਂ ਦਾ? ਜੇਕਰ ਹਾਈਕਮਾਂਡ ਆਉਣ ਵਾਲੇ ਸਮੇਂ 'ਚ ਕੋਈ ਤੁਹਾਨੂੰ ਪਾਰਟੀ ਦੇ ਵਿੱਚ ਵੱਡਾ ਅਹੁਦਾ ਦੇਣ ਦੀ ਪੇਸ਼ਕਸ਼ ਕਰਦੀ ਹੈ ਜਾਂ ਤੁਹਾਨੂੰ ਮਨਾਉਣ ਦੇ ਬਦਲੇ, ਤੁਹਾਡਾ ਕੀ ਫੈਸਲਾ ਹੋਊਗਾ? ਦੇਖੋ ਜੀ, ਕੋਈ ਮੇਰਾ ਫੈਸਲਾ ਨਹੀਂ, ਮੈਂ ਉਹਦੇ ਪਿੱਛੇ ਨਾ ਅੱਜ ਤੱਕ ਭੱਜਿਆ ਨਾ ਮੈਂ ਭੱਜਣਾ। 2017 ਤੋਂ ਬਾਅਦ ਸਰਕਾਰ ਬਣੀ ਆ, ਸਾਨੂੰ ਦੋਨਾਂ ਨੂੰ ਮਾਂ ਪੁੱਤਾਂ ਨੂੰ ਕੈਪਟਨ ਨੇ ਬੁਲਾਇਆ ਸੀ, ਦੱਸੋ ਕਿੱਥੇ ਐਡਜਸਟ। ਮੈਂ ਕਿਹਾ ਜੀ ਕਿਤੇ ਨਹੀਂ ਜਾਣਾ, ਅਸੀਂ ਲੜਨੀ ਆ ਲੜਾਈ ਹਲਕਿਆਂ 'ਚ, ਅਸੀਂ ਲੜ ਕੇ ਵਿਖਾਉਣਾ ਲੋਕਾਂ ਨੂੰ ਵੀ ਅਸੀਂ ਤੁਹਾਡੇ ਲਈ ਖੜ੍ਹੇ ਹਾਂ। ਸੋ ਹੁਣ ਇਦੂ ਬਾਅਦ ਮੇਰਾ ਛੋਟਾ ਵੀਰ ਪਰਮਪਾਲ ਵੀ ਬੈਠਾ, ਬੀਬੀ ਜੀ ਬੈਠੇ ਆ, ਇਹਨਾਂ ਦੇ ਵੀ ਵਿਚਾਰ ਜ਼ਰੂਰ ਸੁਣ ਲਿਓ ਕਿਉਂਕਿ ਤਪੇ ਸਾਰੇ ਹੀ ਆ। ਟਾਈਮ ਕੱਢ ਕੇ ਸਾਡੇ ਕੋਲ ਆਏ ਹੋ ਵੀਰੋ, ਜੋ ਅੱਜ ਦਾ ਵਿਸ਼ਾ ਹੈਗਾ ਗਾ ਵੀ ਜੋ ਫਰੀਦਕੋਟ ਲੋਕ ਸਭਾ ਹਲਕਾ ਦੀ ਟਿਕਟ ਦਿੱਤੀ ਗਈ ਹੈ ਉਸ ਦਾ ਅਸੀਂ ਵਿਰੋਧ ਕਰਦੇ ਹਾਂ। ਦੇਖੋ, ਮੇਰਾ ਭਰਾ ਡਿੰਪਲ ਬਹੁਤ ਟਾਈਮ ਤੋਂ ਸੰਘਰਸ਼ ਕਰ ਰਿਹਾ ਸੀਗਾ, ਚਾਹੇ ਉਹ ਪਾਰਟੀ ਦੇ ਸਰਵੇ ਹੋਣ, ਚਾਹੇ ਪਾਰਟੀ ਦੀਆਂ ਮੀਟਿੰਗਾਂ ਹੋਣ, ਚਾਹੇ ਕਿਤੇ ਪਾਰਟੀ ਦੀ ਡਿਊਟੀ ਲਾਈ ਹੋਵੇ, ਇਹਨੇ ਹਮੇਸ਼ਾ ਵੱਧ ਚੜ੍ਹ ਕੇ ਹਿੱਸਾ ਲਿਆ ਹੈਗਾ। ਪਰ ਜੋ ਇਹ ਟਿਕਟ ਦਿੱਤੀ ਗਈ ਹੈ ਇਹ ਕਿਸ ਆਧਾਰ 'ਤੇ ਦਿੱਤੀ ਗਈ ਹੈ ਇਹ ਸਾਡੇ ਸਮਝੋ ਬਾਹਰ ਹੈ। ਦੇਖੋ, ਵਿਨੇਬਿਲਟੀ ਸਭ ਤੋਂ ਵੱਡਾ ਕ੍ਰਾਈਟੀਰੀਆ ਹੁੰਦਾ ਵੀ ਸੀਟ ਕੱਢਦਾ ਕੌਣ ਹੈ। ਸਾਰੇ ਸਰਵੇ ਸਾਡੇ ਹੱਕ ਸੀਗੇ, ਪਰ ਕੁਛ ਚੰਦ ਲੀਡਰਾਂ ਨੂੰ ਖੁਸ਼ ਕਰਨ ਨੂੰ ਸਾਡੀ ਟਿਕਟ ਸਾਡੀ ਬਲੀ ਦਿੱਤੀ ਗਈ ਹੈ।
ਇਹ ਲੋਕ ਨਹੀਂ ਚਾਹੁੰਦੇ ਸੀ ਵੀ ਯੂਥ ਵਾਲੇ ਮੁੰਡੇ ਮੇਰੇ ਮੂਹਰੇ ਆਉਣ। ਮਿੱਤਰੋ, ਇਹ ਲੋਕ ਸਭਾ ਦੀ ਸੀਟ ਟਿਕਟ ਸੀ, ਬਹੁਤ ਵੱਡੀ ਗੱਲ ਹੁੰਦੀ ਹੈ, 9 ਹਲਕਿਆਂ ਦੀ ਗੱਲ ਹੁੰਦੀ ਹੈ। ਅਸੀਂ ਪਹਿਲਾਂ ਇਸ ਕੰਮ 'ਚ ਨਹੀਂ ਆਉਂਦੇ ਸੀਗੇ, ਪਰ ਸਾਡੇ ਭਰਾਵਾਂ ਨੇ, ਸਾਡੇ ਚੇਅਰਮੈਨ ਸਾਹਿਬ ਬੈਠੇ ਨੇ, ਸਾਡੇ ਸਰਪੰਚ ਸਾਹਿਬਾਨ ਇੱਥੇ ਆਏ ਨੇ, OBC ਦੇ ਪ੍ਰਧਾਨ ਹੈਗੇ ਨੇ, ਸੋਸ਼ਲ ਮੀਡੀਆ ਦੇ ਪ੍ਰਧਾਨ ਹੈਗੇ ਨੇ ਜ਼ਿਲ੍ਹਾ ਦੇ, SC ਵਿੰਗ ਦੇ ਚੱਲ ਪ੍ਰਧਾਨ ਜੀ ਹੈਗੇ ਨੇ, ਕੌਂਸਲਰ ਸਾਹਿਬਾਨ ਆਏ ਨੇ, ਵਾਈਸ ਪ੍ਰਧਾਨ ਬੈਠੇ ਨੇ। ਮਤਲਬ ਅੱਜ ਦੀ ਮੀਟਿੰਗ ਸਿਰਫ ਅਤੇ ਸਿਰਫ ਅਹੁਦੇਦਾਰ ਸਾਹਿਬਾਨ ਇੱਥੇ ਆਏ ਨੇ, ਪਰ ਸਾਨੂੰ ਸਮਝ ਨਹੀਂ ਆਈ ਵੀ ਸਾਡੇ ਨਾਲ ਇੰਨਾ ਧੱਕਾ ਕਿਉਂ ਕੀਤਾ ਗਿਆ। ਕੀ ਕਹੋਗੇ ਹੁਣ ਅਗਲੀ ਰਣਨੀਤੀ ਕੀ ਰਹੇਗੀ ਤੁਹਾਡੇ, ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਚੋਣ ਪ੍ਰਚਾਰ ਬੀਬੀ ਸਾਹਿਬ ਦੇ ਨਾਲ ਤੁਰੋਗੇ ਜਾਂ ਨਹੀਂ? ਜੀ ਦੇਖੋ, ਹਜੇ ਫਿਲਹਾਲ ਅਸੀਂ ਘਰੇ ਬੈਠੇ ਹਾਂ, ਅਸੀਂ ਪਾਰਟੀ ਦੇ ਅਗੇਂਸਟ ਨਹੀਂ ਹੈਗੇ, ਨਾ ਅਸੀਂ ਪਾਰਟੀ ਦੇ ਜਿਹੜਾ ਕੈਂਡੀਡੇਟ ਲਾਇਆ ਉਹਦੇ ਉਲਟਾ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਪਰ ਪਾਰਟੀ ਬਚੂਗੀ ਕਿਵੇਂ ਮੈਨੂੰ ਤੁਸੀਂ ਦੱਸੋ? ਤੁਹਾਡੇ, ਤੁਸੀਂ ਮੇਰੇ ਭਰਾ ਬੈਠੇ, ਤੁਸੀਂ ਕਹਿੰਦੇ ਸੀਗੇ ਵੀ ਟ੍ਰਿਬਿਊਨਲ ਨੂੰ ਟਿਕਟ ਮਿਲ ਜਾਵੇ, ਤੁਹਾਡੀ ਸੀਟ ਨਿਕਲ ਜੂਗੀ, ਇਹ ਤੁਹਾਡੇ ਸਾਰਿਆਂ ਦੇ ਲੱਭ ਜਾ, ਪਰ ਇਹ ਗੱਲ ਕਿੱਧਰ ਨੂੰ ਗਈ ਸਾਨੂੰ ਤਾਂ ਸਮਝ ਨਹੀਂ ਆਈ। ਗੁੱਸਾ ਇਸ ਗੱਲ ਦਾ ਹੈਗਾ ਬਈ, ਵਿਨੇਬਿਲਟੀ ਵਾਲੇ ਕੈਂਡੀਡੇਟ ਨੂੰ ਕਿਉਂ ਨਹੀਂ ਟਿਕਟ ਦਿੱਤੀ ਗਈ? ਨਹੀਂ ਹੋਈ ਸੀ, ਮੈਨੂੰ ਫੋਨ ਆਇਆ ਸੀਗਾ, ਆਪਣੇ ਸੀਨੀਅਰ ਲੀਡਰਸ ਨਾਲ ਗੱਲ ਹੋਈ ਹੈ ਮੇਰੀ। ਪਰ ਦੇਖੋ, ਇੱਕ ਨਾਰਾਜ਼ਗੀ ਹੈ, ਅਸੀਂ ਵੀ ਹੁਣ ਜਿਹੜੇ ਬੰਦਿਆਂ ਨੇ ਸਾਨੂੰ ਮੂਹਰੇ ਚੱਕ ਕੇ ਰੱਖਿਆ ਹੈਗਾ, ਸਾਡੇ ਨਾਲ ਖੜ੍ਹੇ ਨੇ ਸਾਰੇ ਅਹੁਦੇਦਾਰ ਸਾਹਿਬਾਨ ਨੇ, ਵੀ ਕਹਿੰਦੇ ਯਾਰ ਤੁਸੀਂ ਮੂਹਰੇ ਲੱਗੋ, ਅਸੀਂ ਤੁਹਾਡੇ ਨਾਲ ਹਾਂ। ਅੱਜ ਅਸੀਂ ਸਿਰਫ ਆਪਣੇ ਸੀਨੀਅਰ ਜਿਹੜੇ ਲੀਡਰ ਹੈਗੇ ਉਹਨਾਂ ਨਾਲ ਮੀਟਿੰਗ ਰੱਖੀ ਸੀਗੀ ਵੀ ਅਗਲੀ ਰਣਨੀਤੀ ਆਪਾਂ ਕੀ ਕਰਨੀ ਹੈ, ਹੁਣ ਅਸੀਂ ਗਾਂਹ ਜਾਵਾਂਗੇ, ਹੋਰ ਹਲਕਿਆਂ 'ਚ ਵੀ ਜਾਵਾਂਗੇ, ਵਰਕਰਾਂ ਨਾਲ ਗੱਲ ਕਰਾਂਗੇ, ਫਿਰ ਅਗਲਾ ਤੁਹਾਨੂੰ ਪਲਾਨ ਦੱਸਾਂਗੇ ਕੀ ਹੈ। ਫਿਲਹਾਲ ਕੀ ਤੁਸੀਂ ਮਨ ਬਣਾਇਆ? ਫਿਲਹਾਲ ਘਰੇ ਬੈਠੇ ਹਾਂ ਭਾਜੀ, ਅਸੀਂ ਤੁਹਾਡੀ ਸਾਰੀ ਪੈਰਿਸ ਦਾ ਧੰਨਵਾਦ ਕਰਦੀ ਹਾਂ, ਜਿੰਨੇ ਮੇਰੇ ਬੇਟੇ ਇੱਥੇ ਅਹੁਦੇਦਾਰ ਸਾਹਿਬਾਨ ਨੇ ਯੂਥ ਦੇ, ਜਿੰਨੇ ਵੀ ਸਾਡੇ ਇੱਥੇ ਪਰਮਪਾਲ ਜੀ ਨੇ, ਡਿੰਪਲ ਹੈ, ਹੋਰ ਸਾਰੇ ਇੱਥੇ, ਧਰਮਕੋਟ ਤੋਂ ਵੀ ਇੱਕ ਲੜਕਾ ਸੂਬਾ ਆਇਆ, ਅਤੇ ਮੈਂ ਸਾਰਿਆਂ ਦੇ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਹੀ ਸਾਨੂੰ ਪ੍ਰੇਰਿਤ ਕਰਕੇ ਇੱਥੇ ਸਾਰਿਆਂ ਨੂੰ ਇਕੱਠੇ ਕੀਤਾ ਹੈ, ਅਤੇ ਤੁਹਾਡੇ ਰੂਬਰੂ ਹੋਣ ਦਾ ਸਾਨੂੰ ਮੌਕਾ ਮਿਲਿਆ। ਇਲੈਕਸ਼ਨ ਦੀ ਗੱਲ ਹੈ ਕਿ ਕੋਈ ਵੀ ਪਰਿਵਾਰ ਦੇ ਵਿੱਚ ਕੋਈ ਪਾਰਟੀ ਹੈ, ਅਕਾਲੀ ਦਲ ਹੈ, ਕਾਂਗਰਸ, ਕੋਈ ਵੀ ਪਾਰਟੀ ਹੈ, ਉਹ ਪਰਿਵਾਰ ਹੈ ਸਾਡਾ। ਇੱਕ ਪਰਿਵਾਰ ਦੇ ਵਿੱਚ ਜਿੰਨੇ ਮੈਂਬਰ ਹੋਣ, ਉਹਨੂੰ ਇੱਕ ਨੂੰ ਕਹਿ ਦਿੱਤਾ ਜਾਵੇ ਵੀ ਤੂੰ ਵੱਧ ਤੋਂ ਵੱਧ ਕੰਮ ਕਰ, ਕਿ ਤੈਨੂੰ 5 ਕਿੱਲੇ ਵੱਧ ਦਿੱਤੇ ਜਾਣਗੇ, ਅਤੇ ਉਸ ਨੂੰ ਉਸ ਤੋਂ ਬਾਅਦ ਕੱਢ ਕੇ ਬਾਹਰ ਮਾਰਿਆ ਜਾਵੇ, ਵੀ ਦੂਜਿਆਂ ਨੂੰ ਜਿਹਨਾਂ ਨਹੀਂ ਕੰਮ ਕਰਨਾ ਉਹਨਾਂ ਨੂੰ ਫੇਰ ਦਿੱਤਾ ਜਾਵੇ, ਫਿਰ ਰੌਲਾ ਤਾਂ ਪੈਣਾ ਹੀ ਪਰਿਵਾਰ 'ਚ, ਇਹ ਨੈਚੁਰਲੀ ਗੱਲ ਹੈ। ਰੌਲਾ ਪੈਂਦਾ, ਉਹ ਮੁੰਡਾ ਰੌਲਾ ਪਾਉਂਦਾ ਵੀ ਮੈਂ ਸਾਰੀ ਉਮਰ ਤੁਹਾਡੀ ਸੇਵਾ ਕਰਦਾ ਮਰ ਗਿਆ, ਸਾਰੀ ਉਮਰ ਤੁਹਾਡਾ ਖਿਆਲ ਰੱਖਿਆ ਮਾਂ ਬਾਪ ਦਾ, ਔਰ ਤੁਸੀਂ ਫਿਰ ਜਿਹੜੇ ਨਿਕੰਮੇ ਸੀ ਜਾਂ ਜਿਹੜੇ ਨਹੀਂ ਕੰਮ ਕਰਨਾ ਚਾਹੁੰਦੇ ਸੀ ਉਹਨਾਂ ਨੂੰ ਤੁਸੀਂ ਫਿਰ ਮਾਣ ਸਤਿਕਾਰ ਕਰਕੇ ਉਹੀ 5 ਕਿੱਲੇ ਫਿਰ ਵੰਡਤੀ, ਤਾਂ ਮੇਰਾ ਕੋਈ ਫਾਇਦਾ ਨਾ ਹੋਇਆ। ਸੋ ਉਸ ਟਾਈਮ ਵੀ ਇਹਨਾਂ ਨੇ 19 'ਚ ਕਿਹਾ ਸੀ ਕਿ ਚਲੋ ਕੋਈ ਕਿਤੇ ਮਜ਼ਬੂਰੀ ਹੋ ਗਈ, 2 ਮਹੀਨੇ ਫਿਰਦੇ ਰਹੇ ਔਰ ਨਾ ਇਹਨਾਂ ਨੇ ਨਾਂਹ ਵੀ ਨਹੀਂ ਕੀਤੀ ਟਿਕਟ ਵਾਸਤੇ, ਔਰ ਜੋ ਹੁਣ ਹੋਇਆ ਮੈਂ ਇਹ ਮਹਿਸੂਸ ਕਰਦੀ ਹਾਂ ਕਿ ਡਿੰਪਲ ਬਹੁਤ ਫਿਰਿਆ, ਪਰਮਪਾਲ ਬਹੁਤ ਫਿਰਿਆ, ਆਹ ਸਮੁੱਚੀ ਟੀਮ ਜਿੰਨੀ ਮੇਰੇ ਪਿੱਛੇ ਖੜ੍ਹੀ ਹੈ, ਜਿੰਨੀ ਯੂਥ ਦੀ ਟੀਮ ਹੈ, ਇੱਕ ਇੱਕ ਵਰਕਰ ਇਹਨਾਂ ਦਾ ਸਾਥੀ ਆਪਸ ਵਿੱਚ, ਮੈਂ ਇਹਨੂੰ ਕਹਿਣਾ ਕਈ ਵਾਰੀ ਤੂੰ 10 ਵਜੇ ਤੱਕ ਤੁਰਿਆ ਫਿਰਦਾ, ਅਤੇ ਇਹ ਨਹੀਂ ਕਹਿਣਾ ਦੂਸਰੇ ਵੀ ਨਾਲ ਹੈ। ਹੁਣ ਇਹਨਾਂ ਦਾ ਫਰਜ਼ ਇਹ ਬਣਦਾ ਸੀ ਸਾਨੂੰ ਸੱਦ ਕੇ ਕਹਿੰਦੇ ਕਿ ਹਾਲੇ ਤੁਸੀਂ ਬੈਠ ਜਾਓ, ਅਸੀਂ ਟਿਕਟ ਤੁਹਾਨੂੰ ਨਹੀਂ ਦੇਣੀ। ਅਸੀਂ ਆਪਦੇ ਮਨ ਦੇ ਵਿੱਚ ਕੋਈ ਬਲਬਲੇ ਨਾ ਬਣਾਉਂਦੇ, ਅਸੀਂ ਆਪਦੇ ਮਨ ਦੇ ਵਿੱਚ ਕੋਈ ਗੱਲਾਂ ਨਾ ਬਣਾਉਂਦੇ, ਅਸੀਂ ਆਰਾਮ ਨਾਲ ਆਪਦੇ ਘਰ ਬੈਠਦੇ। ਕੁਛ ਬੰਦਿਆਂ ਦੇ ਕਹਿਣ 'ਤੇ, ਜਿਨ੍ਹਾਂ ਬੰਦਿਆਂ ਨੂੰ ਬਾਦਲ ਸਾਹਿਬ ਨੇ ਕਿਹਾ ਵੀ ਤੈਨੂੰ ਟਿਕਟ ਨਹੀਂ ਦੇਣੀ, ਤੂੰ ਪਾਰਟੀ 'ਚ ਰਹਿ ਤਾਂ ਚਾਹੇ ਨਾ ਰਹਿ, ਉਹ ਬੰਦੇ ਸਾਡੀ ਪਾਰਟੀ 'ਚ ਆਏ, ਥਾਲ 'ਚ ਪਰੋਸ ਕੇ ਇਹਨਾਂ ਨੇ ਟਿਕਟਾਂ ਦੇ। ਇਹ ਕਿਵੇਂ ਹੋ ਸਕਦਾ
ਕਿ ਜਿਹੜਾ ਕੱਲ੍ਹ ਕੋਈ ਬੰਦਾ ਆਇਆ ਹੋਵੇ ਸਾਨੂੰ ਫਿਰ ਦੱਸ ਦੇ। ਕੱਲ੍ਹ ਉਹ ਆਏ, ਅੱਜ ਉਹਨਾਂ ਨੂੰ ਟਿਕਟ ਪਰੋਸ ਕੇ ਦੇ ਤੀ, ਫਿਰ ਸਾਡੇ ਮਨ 'ਚ ਤਾਂ ਕਿਤੇ ਨਾ ਕਿਤੇ ਗਿਲਾ ਤਾਂ ਹੈ ਨਾ, ਇਸ ਗੱਲ ਦਾ ਗਿਲਾ ਤਾਂ ਹੈ ਨਾ ਸਾਨੂੰ ਕਿ ਗਿਲਾ ਹੋਣਾ ਵੀ ਚਾਹੀਦਾ ਜੇ ਤੁਹਾਡੇ 'ਚ ਖੂਨ ਹੈ, ਤੁਹਾਡੇ 'ਚ ਤਾਕਤ ਹੈ। ਜੇ ਫਿਰ ਗਿਲਾ ਨਾ, ਫਿਰ ਤੁਸੀਂ ਗੰਡੋਏ ਹੈ, ਫਿਰ ਤਾਂ ਮਿੱਟੀ ਵਾਲੇ ਗੰਡੋਏ ਹੋ ਗਏ ਨਾ, ਫਿਰ ਅਸੀਂ ਬੰਦੇ ਤਾਂ ਨਹੀਂ ਨਾ, ਠੀਕ ਹੈ ਨਾ। ਇਸ ਕਰਕੇ ਲੇਕਿਨ ਹੁਣ ਜਿਹੜੀ ਗੱਲ ਹੋਈ ਹੈ ਨਾ, ਇਹ ਕਿਤੇ ਨਾ ਕਿਤੇ ਕੁਛ ਨਾ ਕੁਛ ਤਾਂ ਹੋਇਆ। ਕੀ ਰਣਨੀਤੀ ਕੀ ਰਹੂਗੀ ਬੀਬੀ ਜੀ? ਕੋਈ ਰਣਨੀਤੀ ਨਹੀਂ, ਘਰੇ ਬੈਠੇ ਆਰਾਮ ਨਾਲ, ਕੋਈ ਰਣਨੀਤੀ ਨਹੀਂ। ਔਰ ਬਹੁਤ ਧੱਕਾ ਹੋਇਆ, 22 ਸਾਲ ਦਾ ਪੋਲੀਟੀਕਲ ਕੈਰੀਅਰ ਖਤਮ ਹੋਇਆ, 22 ਸਾਲ ਦਾ ਪੋਲੀਟੀਕਲ ਕੈਰੀਅਰ। ਔਰ ਮੈਂ 38 ਦੀ ਏਜ ਦੇ ਵਿੱਚ ਆਈ ਸੀ, ਦੇਖੋ ਕਿੰਨਾ। ਹਰ ਵਾਰ ਮੈਂ ਸੋਚਣਾ ਕੋਈ ਗੱਲ ਨਹੀਂ, ਹਰ ਵਾਰੀ ਸੋਚਣਾ ਕੋਈ ਗੱਲ ਨਹੀਂ, ਲੇਕਿਨ ਇੱਦਾਂ ਹਰ ਵਾਰੀ ਤਾਂ ਇਹ ਏਜ ਮੁਤਾਬਕ ਹੀ ਮਨ 'ਚ ਰੋਸ ਆ ਜਾਂਦਾ, ਏਜ ਮੁਤਾਬਕ ਰੋਸ ਆਇਆ, ਇਹ ਗਲਤ ਹੋਇਆ। ਦੇਖੋ ਮੇਰੀ ਗੱਲ ਸੁਣੋ, ਮੇਰੀ ਗੱਲ ਤਾਂ ਤੁਸੀਂ ਮੈਨੂੰ ਪੁੱਛ ਰਹੇ ਹੈ, ਸਾਹੋਗੀ ਜੀ ਨੂੰ ਪੁੱਛੋ ਵੀ ਤੂੰ ਕੱਲ੍ਹ ਆਈ ਤੈਨੂੰ ਕਿਵੇਂ ਟਿਕਟ ਦਿੱਤੀ। ਤੁਸੀਂ ਇਹ ਪੁੱਛੋ ਨਾ ਕਿ ਜਿੰਨੇ ਅਕਾਲੀ ਦਲ 'ਚੋਂ ਆਏ ਸਾਰਿਆਂ ਨੂੰ ਟਿਕਟਾਂ ਦਿੱਤੀਆਂ। ਮੇਰੀ ਗੱਲ ਦੇ ਦੁਆਲੇ ਹੋ ਜਾਂਦੇ ਆ ਵੀ ਤੁਸੀਂ ਅਕਾਲੀ ਦਲ ਚਲੇ ਗਏ ਸੀ। ਅਕਾਲੀ ਦਲ ਦੇ ਵਿੱਚ ਮੈਂ ਗਈ ਸੀ ਸਿਰਫ 20 ਦਿਨ, ਇੱਕ ਸਟੇਜ ਮੈਂ ਸ਼ੇਅਰ ਨਹੀਂ ਕੀਤੀ, ਇੱਕ ਕਿਤੇ ਜਾ ਕੇ ਕਾਂਗਰਸ ਨਿੰਦੀ ਨਹੀਂ। 20 ਦਿਨ ਹੀ ਘਰੇ ਬੈਠੀ ਰਹੀ ਹੈ। 20 ਦਿਨ ਤੋਂ ਬਾਅਦ ਇਲੈਕਸ਼ਨ ਆਇਆ ਸ਼ਾਹਕੋਟ ਦਾ, 20 ਦਿਨ ਤੋਂ ਬਾਅਦ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ ਦੀ ਮੈਂ ਤਹਿ ਦਿਲੋਂ ਧੰਨਵਾਦੀ ਹਾਂ। ਸਾਨੂੰ ਮਾਂ ਬੇਟੇ ਨੂੰ ਬੁਲਾਇਆ ਗਿਆ ਕਿ ਉਹਨਾਂ ਨੂੰ ਜੁਆਇਨ ਕਰਾਓ, ਉੱਥੇ ਨਹੀਂ ਰਹਿਣ ਦੇਣਾ। ਜਲੰਧਰ ਜਾ ਕੇ ਅਸੀਂ ਹੋਟਲ ਦੇ ਵਿੱਚ ਜੁਆਇਨ ਕੀਤਾ, ਸਾਰੇ ਵੱਡੇ ਵੱਡੇ ਲੀਡਰ ਨੇ ਸਾਨੂੰ ਬੁਲਾਇਆ। ਮੈਂ ਉਹਨਾਂ ਦੀ ਗੱਲ ਸਿਰ ਮੱਥੇ ਮੰਨਦੀ ਹਾਂ, ਕਿਉਂਕਿ ਮੈਂ ਉਹਨਾਂ ਦੀ ਉਂਗਲ ਫੜ ਕੇ ਕਾਂਗਰਸ 'ਚ ਆਈ ਸੀ। ਉਹਨਾਂ ਨੇ ਸਾਨੂੰ ਆਪ ਦੁਆਰਾ ਜੁਆਇਨ ਕਰਾਇਆ। ਫਿਰ ਤੁਸੀਂ ਇਹ ਵੀ, ਤੁਸੀਂ ਇੱਥੇ ਹੀ ਹੈ, ਮੈਂ ਵੀ ਇੱਥੇ ਹੀ ਹਾਂ, ਵੀ ਕੀ ਕੀਤਾ ਨੁਕਸਾਨ ਅਕਾਲੀ ਦਲ ਦੇ ਵਿੱਚ ਜਾ ਕੇ ਕਾਂਗਰਸ ਦਾ? ਕੋਈ ਗੱਲ ਨਹੀਂ ਹੋਈ। ਕਿਤੇ ਤੁਸੀਂ ਸੁਣਿਆ ਕਿ ਜਗਦਰਸ਼ਨ ਕੌਰ ਬਹੁਤ ਬੋਲ ਰਹੀ ਹੈ ਕਾਂਗਰਸ ਦੇ ਉਲਟ? ਸਾਡੀ ਮਾਂ ਪਾਰਟੀ ਹੈ, ਠੀਕ ਹੈ ਨਾ, ਕੋਈ ਐਸੀ ਗੱਲ ਨਹੀਂ ਗੀ। ਉਹਨਾਂ ਨੇ, ਅਸੀਂ ਆ ਗਏ ਸੀ ਮਾੜਾ ਮੋਟਾ ਗੁੱਸਾ, ਚਲੇ ਗਏ ਵਾਪਸ ਆਪਦੀ ਪਾਰਟੀ ਵਿੱਚ। 10 ਦਿਨ ਦੀ ਸਾਰੀ ਗੱਲ ਨਹੀਂ, ਕੋਈ ਫੈਸਲਾ ਨਹੀਂ। ਤੁਹਾਡਾ ਬਹੁਤ ਬਹੁਤ ਧੰਨਵਾਦ ਭਾਜੀ ਸਾਰਿਆਂ ਦਾ।